ਦੋਸਤੋ, ਸਮਾਂ ਬਹੁਤ ਬਲਵਾਨ ਹੁੰਦਾ ਹੈ। ਸਮਾਂ ਰਹਿੰਦਿਆਂ ਜੇਕਰ ਬੰਦਾ ਕੁਝ ਕਰ ਲਏ ਤਾਂ ਠੀਕ ਹੈ। ਮੋਟੇ ਮੋਟੇ ਸ਼ਬਦਾਂ 'ਚ ਦੱਸਦਾ ਕਿ ਸਮਾਂ ਰਹਿੰਦਿਆਂ ਨਿਸ਼ਚਿਤ ਕਰੋ ਕਿ ਤੁਸੀਂ ਕੀ ਕਰਨਾ ਹੈ, ਨਹੀਂ ਤਾਂ ਫਿਰ ਸਮਾਂ ਨਿਸ਼ਚਿਤ ਕਰੇਗਾ ਕਿ ਤੁਹਾਡਾ ਕੀ ਕਰਨਾ ਹੈ। ਤਾਂ ਇਹ ਦੁਨੀਆ ਇਹ ਸਮੇਂ ਦੇ ਗੇੜ 'ਚ ਭੱਜੀ ਫਿਰਦੀ ਹੈ। ਸਮੇਂ ਨੂੰ ਕਿਵੇਂ ਵਰਤਣਾ, ਕਦੋਂ ਵਰਤਣਾ, ਕਿੰਨਾ ਕਿੰਨਾ ਵਰਤਣਾ ਹੈ ਅਤੇ ਉਸ ਦਾ ਫਾਇਦਾ ਕਿਵੇਂ ਖੱਟਣਾ ਹੈ, ਇਹ ਚੰਦ ਕੁ ਲੋਕ ਜਾਣਦੇ ਨੇ। ਇਹਨਾਂ ਦੋ ਸਰਦਾਰ ਵੀਰਾਂ ਨੇ ਬਹੁਤ ਸੋਹਣੀਆਂ ਪੱਗਾਂ ਬੰਨੀਆਂ ਨੇ। ਜਿੰਨੇ ਸੋਹਣੇ ਇਹਨਾਂ ਦੇ ਸਰੂਪ ਨੇ, ਉਨਾ ਸੋਹਣਾ ਹੀ ਇਹਨਾਂ ਨੇ ਗਾਇਆ ਹੈ। ਗੀਤ ਵੀ ਬਹੁਤ ਸੋਹਣਾ, ਸੁਣ ਕੇ ਕੁਝ ਸਿਹਤ ਮਿਲੂਗੀ ਆਪਾਂ ਨੂੰ। ਹੋਰ ਆਪਾਂ ਚੀਜ਼ਾਂ ਬੜੀਆਂ ਸ਼ੇਅਰ ਕਰਦੇ ਹਾਂ, ਵੀ ਸ਼ੇਅਰ ਕਰਦੇ ਹਾਂ ਜੇ ਚੰਗਾ ਲੱਗਿਆ ਤਾਂ ਲਾਈਕ ਕਰਦੇ ਜੇ ਅਤੇ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓ ਗਾਣਾ ਕਿੱਦਾਂ ਦਾ ਲੱਗਿਆ। ਦੇਖੋ ਪੂਰੀ ਵੀਡੀਓ। ਹਰ ਬੰਦਾ ਸੋਚਦਾ ਏ ਉਸ ਦੇ ਨਾਲ ਤੇ ਜਿਨੀ ਹੋਣਾ, ਪਰ ਉਹੀ ਜਾਣਦਾ ਏ ਕਿਸ ਦੇ ਨਾਲ ਕਦੋਂ ਕੀ ਹੋਣਾ। ਹੋਣੀ ਛੂਕਾਂ ਮਾਰਦੀ ਏ, ਹੋਣੀ ਛੂਕਾਂ ਮਾਰਦੀ ਏ, ਚੰਦਰਾ ਵਕਤ ਕਦੇ ਨਾ ਟਲਿਆ, ਮਾਰੋਂਦੀ ਛੱਡ ਪੁੱਤਰਾ, ਕਿਹੜਾ ਦੇਸ਼ ਬੇਗਾਨਾ ਮਲਿਆ। ਉਹ ਤੇਰੀ ਵਿਆਹੀ ਉਜੜ ਗਈ, ਸਿਰ ਤੋਂ ਸੱਲ ਲੈ ਗਿਆ ਸੋਹਣਾ, ਪਰ ਉਹੀ ਜਾਣਦਾ ਏ ਕਿਸ ਦੇ ਨਾਲ ਕਦੋਂ ਕੀ ਹੋਣਾ। ਉਹ ਛੱਡ ਜਾਂਦਾ ਰਾਇਆ ਓਏ, ਇੱਥੇ ਆਪਣਾ ਹੀ ਪਰਛਾਵਾਂ, ਹੋ ਇੱਥੇ ਆਪਣਾ ਹੀ ਪਰਛਾਵਾਂ। ਭਾਈਆਂ ਨਾਲ ਸ਼ਾਨਾ ਨੇ ਜਗ ਤੇ ਉੱਚੀਆਂ ਰਹਿੰਦੀਆਂ ਬਾਵਾਂ, ਉਹ ਜਿੱਥੇ ਭਾਈ ਖੜ ਜਾਂਦੇ, ਉਹ ਜਿੱਥੇ ਭਾਈ ਖੜ ਜਾਂਦੇ ਉੱਥੇ ਕਿਸ ਨੇ ਆਣ ਖਲੋਣਾ। ਹਰ ਉਹ ਜਾਣਦਾ ਏ ਕਿਸ ਦੇ ਨਾਲ ਕਦੋਂ ਕੀ ਹੋਣਾ, ਕਿਸ ਦੇ ਨਾਲ ਕਦੋਂ ਕੀ ਹੋਣਾ। ਮੇਲਾ ਦੋ ਘੜੀਆਂ ਦਾ, ਮੇਲਾ ਦੋ ਘੜੀਆਂ ਦਾ, ਜ਼ਿੰਦਗੀ ਦੇ ਨੇ ਰੰਗ ਅਵੱਲੇ, ਘਰ ਪੂਰੇ ਫਰਜ਼ਾਂ